ਜਦੋਂ ਬਾਦਲਾਹ ਸਰਕਾਰ ਬਣੀ ਤਾਂ ਸੌ ਚੱਕ ਸਮਾਗਮ ਦੇ ਵਿੱਚ ਬਾਦਲਾਹ ਦੇ ਵੱਲੋਂ 80 ਲੱਖ ਰੁਪਏ ਲਾਇਆ ਗਿਆ। ਕੈਪਟਨ ਸਾਹਿਬ ਬਣੇ 70 ਲੱਖ ਰੁਪਏ ਲਾਇਆ ਗਿਆ। ਚੰਨੀ ਸਾਹਿਬ ਬਣੇ 18 ਲੱਖ ਲੱਗਿਆ। ਹੁਣ ਆਮ ਆਦਮੀ ਪਾਰਟੀ ਚੁੱਕਰੀ ਹੈ ਤਾਂ ਉਹਨਾਂ ਵੱਲੋਂ 2.5 ਕਰੋੜ ਦਾ ਲਗਾਇਆ ਗਿਆ ਤੇ ਦੂਜੇ ਪਾਸੇ ਹੀ ਜਿੰਨੇ ਵੀ ਵੀਆਈਪੀਜ਼ ਨੇ ਉਹਨਾਂ ਨੂੰ ਹੈਲੀਕਾਪਟਰ ਦਿੱਤ ਹੈਲੀਕਾਪਟਰ ਤੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਤੇ ਉੱਥੇ ਵਿੱਗੇ ਤੱਕ ਦੇ ਕਣਕ ਵੜਵਾ ਦਿੱਤੀ ਗਈ ਹੈ ਹੈਲੀਕਾਪਟਰ ਤਰਨ ਵਾਸਤੇ। ਉਹ ਕਿਦਾਂ ਦੇਖਦੇ ਹੋ ਘੱਟੋ ਘੱਟ ਕਿਹਾ ਜਾਂਦਾ ਕਿ 1.5 4 ਕਰੋੜ ਦਾ ਇਹਨਾਂ ਦੇ ਵੱਲੋਂ ਖਰਾਬ ਕੀਤਾ ਜਾ ਰਿਹਾ ਪੰਜਾਬ। ਬਾਦਲ ਸਾਹਿਬ ਸੀ ਤੇ ਕੈਪਟਨ ਅਮਰਿੰਦਰ ਸਿੰਘ ਸੀ ਇਹ ਸੀ। ਇਹ ਆਪ ਮੁੱਖ ਮੰਤਰੀ ਬਣਦੇ ਸੀ ਲੋਕਾਂ ਨੂੰ ਮੁੱਖ ਮੰਤਰੀ ਨਹੀਂ ਸੀ ਕਾਉਂਟ। ਕੇਜਰੀਵਾਲ ਤੇ ਮਾਮਾ ਸਾਹਿਬ ਦਾ ਇਹ ਕਹਿਣਾ ਹੈ ਕਿ ਜਿੰਨੇ ਵੀ ਪੰਜਾਬੀ ਨੇ ਇਹ ਸਾਰੇ ਮੁੱਖ ਮੰਤਰੀ ਬਣੇ ਨੇ ਅਸੀਂ ਨਹੀਂ ਬਣੇ। ਟੈਕ ਬਰੂਡ ਤੇ ਨਹੀਂ ਨਹੀਂ ਬੱਸਾਂ ਚਲਾਉਂਦੇ ਰਹੇ ਪੈਸਾ ਜਿਹੜਾ ਟੈਕਸਾਂ ਦਾ ਘਰ ਜਾਂਦਾ ਰਿਹਾ ਜਦੋਂ ਪਿਛਲੀ ਵਾਰ ਆਜਾ ਵੜਿੰਗ ਨੇ ਸ਼ਕਤੀ ਕੀਤੀ ਇੱਕ ਇੱਕ ਦਿਨ ਚ ਪੀਆਰਟੀਸੀ ਦਾ 50-50 ਲੱਖ ਰੁਪਇਆ ਵਧਿਆ। ਕਿ ਸਾਰੇ ਹੀ ਮੁੱਖ ਮੰਤਰੀ ਬਣਨਗੇ ਮੈਂ ਕੱਲਾ ਨਹੀਂ ਬਣ ਰਿਹਾ ਜਿੰਨੇ ਵੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਨੇ ਉਹ ਚੋਂ 40% ਤਾਂ ਕਾਂਗਰਸੀਆ ਜਾਂ ਅਕਾਲੀਆਂ ਨਾਲ ਟੁੱਟ ਕੇ ਆਮ ਆਦਮੀ ਵਿੱਚ ਸ਼ਾਮਲ ਹੋਏ ਨੇ ਕੀ ਉਹ ਆਪਣੇ ਆਪ ਨੂੰ ਅਕਾਲੀਆਂ ਜਾਂ ਕਾਂਗਰਸੀ ਨੂੰ ਛੱਡ ਕੇ ਆਪ ਸਮਝਣਗੇ ਕਿਸੇ ਕਰਕੇ ਟੁੱਟ ਕੇ ਆਏ ਨੇ ਕਿ ਉਹਨਾਂ ਨੂੰ ਉੱਥੇ ਦੇਖਿਆ ਕਿ ਉਹਨਾਂ ਨੂੰ ਉਹਨਾਂ ਦੀ ਪਸੰਦ ਹੀ ਨਹੀਂ ਆਇਆ ਕੰਮਕਾਜ ਕਿਉਂਕਿ ਉਹ ਸਾਰੇ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਸੀ ਕੋਈ ਵੀ ਵਰਕਰ ਨਹੀਂ ਸੀ ਸਮਝਦਾ ਵਰਕਰ ਜਿਹੜਾ ਸੀ ਕਾਂਗਰਸ ਦਾ ਭਾਵੇਂ ਅਕਾਲੀ ਦਲ ਦਾ ਸਾਰੇ ਨਿਰਾਸ਼ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਪਿਛਲੀ ਸਰਕਾਰ 'ਚ ਵੀ ਸੀ ਇਹੀ ਸਭ ਤੋਂ ਵੱਡਾ ਮੁੱਦਾ ਸੀ ਤੇ ਹੁਣ ਵੀ ਇਹੀ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਪੱਕੇ ਕਰ ਪਾਉ ਬਿਲਕੁਲ ਕਰ ਪਾਏਗੀ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੇ ਇੰਨੀ ਵੱਡੀ ਲੀਡ ਦੇ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਮੁੱਖ ਮੰਤਰੀ ਦਾ ਅਹੁਦਾ ਅਤੇ ਪੰਜਾਬ ਦੇ ਵਿੱਚ ਇੱਕ ਇਦਾਂ ਦਾ ਮਿਸਾਲ ਕਾਇਮ ਕੀਤੀ ਹੈ ਉਹ ਸਾਰੀ ਗੱਲਬਾਤ ਜਾਣੂ ਕਰਵਾਉਣੇ ਆ ਮਿੰਦਰ ਮੋਹਨ ਸਿੰਘ ਜੀ ਦੀ ਪਹਿਲਾ ਇੱਕ ਇੰਟਰਵਿਊ ਚੱਲੀ ਸੀ ਪੰਜਾਬ ਟੀਵੀ ਤੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਹੀ ਇਸ ਵਾਰ ਸਰਕਾਰ ਬਣਾ ਕੇ ਲੈ ਕੇ ਜਾਏਗੀ ਕਿਉਂਕਿ ਜੋ ਲੋਕਾਂ ਦੇ ਵਿੱਚ ਇੱਕ ਗੱਲ ਹੈ ਕਿ ਇਸ ਵਾਰ ਸਾਨੂੰ ਬਦਲਾਅ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਜਾਣੂ ਕਰਵਾਉਣੇ ਆ ਮੋਨ ਜੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਤਾਂ ਸਵਾਗਤ ਹੈ ਸਰ ਤੁਹਾਡਾ ਪੰਜਾਬ ਟੀਵੀ ਤੇ ਹਾਂ ਥੈਂਕ ਯੂ ਤੇ ਕਿੱਦਾਂ ਦਿਖਦੇ ਹੋ ਜੋ ਪਹਿਲਾ ਇੰਟਰਵਿਊ ਦੇ ਵਿੱਚ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਹੀ ਇਸ ਵਾਰ ਸਰਕਾਰ ਬਣਾਏਗੀ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਦਾਂ ਦੇਖਦੇ ਹੋ ਤੁਸੀਂ ਇਸ ਤੋਂ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਵੀ ਜਦੋਂ ਮੈਂ ਕਾਂਗਰਸ ਵਿੱਚ ਸੀਗਾ ਕਾਂਗਰਸ ਛੱਡ ਕੇ ਆਇਆ ਤਾਂ ਮੈਂ ਲੋਕਾਂ ਦਾ ਦੇਖ ਲਿਆ ਸੀ ਕਾਂਗਰਸ ਦੀਆਂ ਨੀਤੀਆਂ ਤੋਂ ਲੋਕ ਬਹੁਤ ਦੁਖੀ ਸੀਗੇ ਤੰਗ ਆਏ ਹੋਏ ਸੀ ਇਸ ਤਰ੍ਹਾਂ ਬੇਦਬੀ ਕਾਂਡ ਔਰ ਅਕਾਲੀਆਂ ਤੋਂ ਵੀ ਲੋਕ ਦੁਖੀ ਸੀ ਤੇ ਲੋਕ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਪਾਰਟੀ ਉੱਭਰੇ ਬਦਲਾ ਆਵੇ ਤੀਜਾ ਬਦਲ ਪਾਟੇ ਸੀ ਤੇ ਉਹ ਉਸ ਦਾ ਨਤੀਜਾ ਨਿਕਲਿਆ ਕਿ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਬਹੁਤ ਥੰਪਿੰਗ ਮੈਜੋਰਟੀ ਨਾਲ ਨਵੀਆਂ ਸੀਟਾਂ ਲੈ ਕੇ ਇੱਥੇ ਆਈ ਹੈ ਜੋ ਕਿ ਪਹਿਲੀ ਵਾਰ ਹੋ ਇਤਿਹਾਸਿਤ ਹੋ ਆਪਣੇ ਮੇਰਾ ਇੱਕ ਸਵਾਲ ਸਭ ਤੋਂ ਵੱਡਾ ਹੈ ਓਪੋਜੀਸ਼ਨ ਵੀ ਬੜਾ ਉਠਾਰੀ ਹੈ ਕਿ ਜਦੋਂ ਬਾਦਲਾਹ ਸਰਕਾਰ ਬਣੀ ਤਾਂ ਸੌ ਚੁੱਕ ਸਮਾਗਮ ਦੇ ਵਿੱਚ ਬਾਦਲਾਹ ਦੇ ਵੱਲੋਂ 80 ਲੱਖ ਰੁਪਏ ਲਾਇਆ ਗਿਆ ਕੈਪਟਨ ਸਾਹਿਬ ਬਣੇ 70 ਲੱਖ ਰੁਪਏ ਲਾਇਆ ਗਿਆ ਚੰਨੀ ਸਾਹਿਬ ਬਣੇ 18 ਲੱਖ ਲੱਗਿਆ ਹੁਣ ਆਮ ਆਦਮੀ ਪਾਰਟੀ ਚੁੱਕ ਰਹੀ ਹੈ ਤਾਂ ਉਹਨਾਂ ਵੱਲੋਂ 2.5 ਕਰੋੜ ਦਾ ਲਗਾਇਆ ਗਿਆ ਤੇ ਦੂਜੇ ਪਾਸੇ ਹੀ ਜਿੰਨੇ ਵੀ ਵੀਆਈਪਸ ਨੇ ਉਹਨਾਂ ਨੂੰ ਹੈਲੀਕਾਪਟਰ ਦਿੱਤ ਹੈਲੀਕਾਪਟਰ ਤੇ ਉਹਨਾਂ ਨੂੰ ਪੰਚਾਇਆ ਜਾ ਰਿਹਾ ਤੇ ਉਥੇ ਜਿਨੇ ਖੇਤ ਸੀ ਕਣਕ ਤੋਂ ਬਿੱਗੇ ਤੱਕ ਦੇ ਕਣਕ ਵੜਵਾ ਦਿੱਤੀ ਗਈ ਹੈ ਹੈਲੀਕਾਪਟਰ ਧਰਨ ਵਾਸਤੇ ਉਹ ਕਿਦਾਂ ਦੇਖਦੇ ਹੋ ਘਟੋ ਘਟ ਕਿਹਾ ਜਾਂਦਾ ਕਿ ਸਾਢੇ ਸਾਢੇ 4 ਕਰੋੜ ਦਾ ਇਹਨਾਂ ਦੇ ਵੱਲੋਂ ਖਰਾਬ ਕੀਤਾ ਜਾ ਰਿਹਾ ਪੰਜਾਬ ਦਾ ਇਹ ਇਹ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਹੈ ਕਿ ਪਹਿਲਾਂ ਜਿਹੜੇ ਬਾਦਲ ਸਾਹਿਬ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀ ਇਹ ਸੀ ਇਹ ਆਪ ਮੁੱਖ ਮੰਤਰੀ ਬਣਦੇ ਸੀ ਲੋਕਾਂ ਨੂੰ ਮੁੱਖ ਮੰਤਰੀ ਨਹੀਂ ਸੀ ਕਾਊਂਟ ਕਰਦੇ ਇਹ ਲੋਕਾਂ ਦੇ ਤਾਂ ਰਾਜ ਕਰਨ ਲਈ ਆਉਂਦੇ ਸੀ इवनਦਨ ਕਿ ਇੱਕ ਵਾਰ ਬਾਦਲ ਸਾਹਿਬ ਨੇ ਚੰਡੀਗੜ੍ਹ ਦੇ ਮੁਹਾਲੀ ਸਟੇਡੀਅਮ ਦੇ ਵਿੱਚ ਵੀ ਬਹੁਤ ਵੱਡੀ ਕਰਕੇ ਵੱਡਾ ਇਕੱਠ ਕਰਕੇ ਕੀਤਾ ਸੀ ਜਿੱਥੇ ਉਹਨਾਂ ਨੇ ਘੱਟੋ ਘੱਟ 1.5 ਕਰੋੜ ਰੁਪਏ ਲਾਇਆ ਸੀ ਲੇਕਿਨ ਉਸ ਤੋਂ ਬਾਅਦ ਲੋਕਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਕੇਜਰੀਵਾਲ ਤੇ ਮਾਨ ਸਾਹਿਬ ਦਾ ਇਹ ਕਹਿਣਾ ਹੈ ਕਿ ਜਿੰਨੇ ਵੀ ਪੰਜਾਬੀ ਨੇ ਇਹ ਸਾਰੇ ਮੁੱਖ ਮੰਤਰੀ ਬਣੇ ਨੇ ਅਸੀਂ ਨਹੀਂ ਬਣੇ ਆਮ ਆਦਮੀ ਪਾਰਟੀ ਆ ਆਮ ਆਦਮੀ ਦੀ ਸਰਕਾਰ ਬਣੀ ਆ ਆਮ ਆਦਮੀ ਹੀ ਸੌ ਚੱਕਣ ਗਿਆ ਸਾਰੇ ਸੌਣੀ ਚੁੱਕਣਗੇ ਇਸ ਕਰਕੇ ਇਕੱਠ ਕੀਤਾ ਗਿਆ ਬਾਕੀ ਜਿੱਥੋਂ ਤੱਕ ਗੱਲ ਹੈ ਕਿ ਇੰਨਾ ਪੈਸਾ ਲੱਗ ਰਿਹਾ ਪੈਸਾ ਤਾਂ ਤੁਸੀਂ ਇਹ ਦੇਖੋ ਕਿ ਇਹ ਬਚਾਣਗੇ ਜਦੋਂ ਤੱਕ ਬਾਦਲ ਸਾਹਿਬ ਰਹੇ ਨੇ ਉਹਨਾਂ ਨੇ ਆਪਣੀਆਂ ਬੱਸਾਂ ਹੀ ਇੱਕ ਇੱਕ ਪੂ ਬਰੂਡ ਤੇ ਨਹੀਂ ਨਹੀਂ ਬੱਸਾਂ ਚਲਾਉਂਦੇ ਰਹੇ ਪੈਸਾ ਜਿਹੜਾ ਟੈਕਸਾਂ ਦਾ ਘਰ ਜਾਂਦਾ ਰਿਹਾ ਜਦੋਂ ਪਿਛਲੀ ਵਾਰ ਰਾਜਾ ਬੜਿੰਗ ਨੇ ਸਖਤੀ ਕੀਤੀ ਇੱਕ ਇੱਕ ਦਿਨ ਚ ਪੀਆਰਟੀਸੀ ਦਾ 50-50 ਲੱਖ ਰੁਪਿਆ ਵਧਿਆ ਤੇ ਜੇ ਇਹਨਾਂ ਨੇ 2 ਦਿਨ ਦਾ 2 ਕਰੋੜ ਲਾ ਲਿਆ ਤਾਂ ਉਹ ਤਾਂ ਪਹਿਲੇ ਝਟਕੇ ਜੀ 2 ਦਿਨਾਂ ਚ 2 ਕਰੋੜ ਰਿਕਵਰ ਹੋ ਜਾਣਾ ਇਹਨਾਂ ਦਾ ਕਾਂਗਰਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕੁਝ ਵੀ ਨਹੀਂ ਕੀਤਾ ਵਿਕਾਸ ਕਿੱਥੇ ਕੀਤਾ ਦੂਜੇ ਪਾਸੇ ਹੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਰੇ ਹੀ ਮੁੱਖ ਮੰਤਰੀ ਬਣ ਗਏ ਮੈਂ ਇਕੱਲਾ ਨਹੀਂ ਬਣ ਰਿਹਾ ਅਤੇ ਫਿਰ ਕਿਦਾਂ ਦੇਖਦੇ ਹੋ ਕਿਉਂਕਿ ਜਿੰਨੇ ਵੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਨੇ ਉਹ ਚੋਂ 40% ਤਾਂ ਕਾਂਗਰਸੀਆ ਜਾਂ ਅਕਾਲੀਆਂ ਨਾਲ ਟੁੱਟ ਕੇ ਆਮ ਆਦਮੀ ਵਿੱਚ ਸ਼ਾਮਲ ਹੋਏ ਨੇ ਕੀ ਉਹ ਆਪਣੇ ਆਪ ਨੂੰ ਅਕਾਲੀਆਂ ਜਾਂ ਕਾਂਗਰਸੀ ਨੂੰ ਛੱਡ ਕੇ ਆਪ ਸਮਝਣਗੇ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਐਮਐਲਏ ਨਹੀਂ ਇਹ ਤੁਹਾਡੇ ਸੇਵਕ ਨੇ ਤੁਹਾਡੇ ਨਾਲ ਨੇ ਜਿਸ ਤਣ ਜਿਹੜੇ ਟੁੱਟ ਕੇ ਆਏ ਨੇ ਬੰਦੇ ਉਹ ਇਸੇ ਕਰਕੇ ਟੁੱਟ ਕੇ ਆਏ ਨੇ ਕਿ ਉਹਨਾਂ ਨੂੰ ਉੱਥੇ ਦੇਖਿਆ ਕਿ ਉਹਨਾਂ ਨੂੰ ਉਹਨਾਂ ਦੀ ਪਸੰਦ ਹੀ ਨਹੀਂ ਆਇਆ ਕੰਮਕਾਜ ਕਿਉਂਕਿ ਉਹ ਸਾਰੇ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਸੀ ਰਾਜੇ ਸਮਝਦੇ ਸੀ ਕੋਈ ਵੀ ਵਰਕਰ ਨਹੀਂ ਸੀ ਸਮਝਦਾ ਵਰਕਰ ਜਿਹੜਾ ਸੀ ਕਾਂਗਰਸ ਦਾ ਭਾਵੇਂ ਅਕਾਲੀ ਦਲ ਦਾ ਸਾਰੇ ਨਿਰਾਸ਼ ਸੀਗੇ ਵੀ ਸਾਡੇ ਤਾਂ ਉੱਥੇ ਪੁੱਛਗਿਚੀ ਕੋਈ ਨਹੀਂ ਕੁਛ ਹੈ ਨਹੀਂ ਕੰਮ ਕਰ ਸਾਡੇ ਮੁਤਾਬਕ ਹੈ ਨਹੀਂ ਬੇਰੁਜ਼ਗਾਰੀ ਵੱਧ ਰਹੀ ਹੈ ਮੈਡੀਕਲ ਸਹੂਲਤਾਂ ਹੈ ਨਹੀਂ ਕੁਛ ਨਹੀਂ ਆਪਣੇ ਘਰ ਪਰਨ ਤੇ ਲੱਗੇ ਨੇ ਬਿਨਾਂ ਪੈਸੇ ਦੇ ਰਿਸ਼ਵਤ ਦੇ ਕੋਈ ਕੰਮ ਨਹੀਂ ਹੋ ਰਿਹਾ ਤੇ ਇਸ ਕਰਕੇ ਨੇ ਇਹ ਕਹਿ ਕੇ ਜਿੰਨੇ ਬਣ ਰਹੇ ਨੇ ਆਪ ਹੀ ਮੁੱਖ ਮੰਤਰੀ ਸਾਰੇ ਬਣ ਰਹੇ ਨੇ ਔਰ ਉਹ ਕਹਿੰਦੇ ਕਿ ਜਿਹਨੇ ਆਮ ਪਬਲਿਕ ਹੈ ਉਹਨਾਂ ਨੂੰ ਮੁੱਖ ਮੰਤਰੀ ਵਾਂਗ ਹੀ ਟਰੀਟ ਕਰਾ ਜਾਵੇ ਸਾਰੇ ਮੰਤਰੀਆਂ ਵਾਂਗ ਹੀ ਰਹਿਣ ਮੇਰੇ ਸਾਡੇ ਵਰਕਰ ਜਿਹੜੇ ਆਪ ਦੇ ਜਾਮ ਪੰਜਾਬ ਦੇ ਤੇ इवन ਤਾਂ ਕਿ ਪੁਲਸ ਵਾਲੇ ਜਾਂ ਕਿ ਜਿੱਧਰ ਵੀ ਕੋਈ ਕੰਮ ਪੈਣਾ ਉਹ ਕਹਿੰਦੇ ਤੁਹਾਨੂੰ ਜਾਣ ਦੀ ਲੋੜ ਨਹੀਂ ਉੱਥੇ ਤੁਸੀਂ ਸਾਨੂੰ ਦੱਸੋ ਫੋਨ ਕਰੋ ਤੁਹਾਡੇ ਘਰ ਕਾ ਮੌਕੇ ਤੁਸੀਂ ਕਹਿ ਰਹੇ ਹੋ ਕਿ ਫੋਨ ਤੁਹਾਨੂੰ ਸਿਰਫ ਫੋਨ ਕਰਨ ਦੀ ਲੋੜ ਹੈ ਆਪ ਜਾਣ ਦੀ ਜ਼ਰੂਰਤ ਨਹੀਂ ਪਰ ਮੈਂ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਸਿਰਫ ਚਾਰ ਪੰਜ ਦਿਨ ਹੀ ਹੋਏ ਨੇ ਹਲੇ ਤਾਂ ਸੌ ਚੱਕ ਸਮਾਗਮ ਵੀ ਨਹੀਂ ਹੋਇਆ ਤੇ ਫੈਸਲੇ ਪਹਿਲਾਂ ਹੀ ਲੈ ਲਿੱਤੇ ਗਏ ਨੇ ਭਗਵੰਤ ਮਾਨ ਦੇ ਵੱਲੋਂ ਇਹਨਾਂ ਵਾਇਰਲ ਚੱਲ ਰਿਹਾ ਹੈ 25 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਉਹ ਕਿਦਾਂ ਦੇਖਦੇ ਉਸ ਤੋਂ ਕਿ ਜਦੋਂ ਤੱਕ ਇਹ اپੋਜੀਸ਼ਨ ਵਿੱਚ ਸੀ ਇਹਨਾਂ ਨੂੰ ਲੋਕਾਂ ਦੀ ਸਾਰੀ ਨਬਜ਼ ਪਤਾ ਸੀ ਲੋਕ ਕਿੱਥੇ ਖੜੇ ਨੇ ਇਹ ਥਾਂ ਥਾਂ ਤੇ ਆਪ ਘੁੰਮਦੇ ਸੀ ਤੁਸੀਂ ਦੇਖਿਆ ਹੁਣ ਕਿ ਕਈ ਥਾਂ ਤੇ ਆਪ ਦੇ ਵਿਧਾਇਕ ਹਸਪਤਾਲਾਂ 'ਚ ਜਾ ਰਹੇ ਨੇ ਹੋਰ ਜਾ ਰਹੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਮਜ਼ੋਰੀਆਂ ਕਿੱਥੇ ਨੇ ਉਹ ਕਮਜ਼ੋਰੀਆਂ ਇਹ ਫੜ ਰਹੇ ਨੇ ਕਮਜ਼ੋਰੀਆਂ ਦੂਰ ਕਰਕੇ ਇਹ ਨੌਕਰੀਆਂ ਦੇ ਇਹਨਾਂ ਨੇ ਆਪਣੇ ਆਪਣੇ ਕ੍ਰੀਏਟ ਕਰਦੀਆਂ ਨੌਕਰੀਆਂ ਬਹੁਤ ਸਾਰੀਆਂ ਉਹ ਨੌਕਰੀਆਂ ਕ੍ਰੀਏਟ ਕਰਕੇ ਇਹਨਾਂ ਨੇ ਸਾਰਾ ਕੰਮ ਕਰਨਾ ਤਾਂ ਇਸ ਕਰਕੇ ਇਹਨਾਂ ਨੂੰ ਪਤਾ ਕਿ 25 ਲੱਖ ਨੌਕਰੀ ਕਿਵੇਂ ਕ੍ਰੀਏਟ ਕਰੀ ਜਾਣੀ ਹੈ ਆਮ ਲੋਕਾਂ ਨੂੰ ਕਿਵੇਂ ਦੇਣਾ ਹੈ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਪਿਛਲੀ ਸਰਕਾਰ ਚ ਵੀ ਸੀ ਇਹੀ ਸਭ ਤੋਂ ਵੱਡਾ ਮੁੱਦਾ ਸੀ ਤੇ ਹੁਣ ਵੀ ਇਹੀ ਹੈ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੱਕੇ ਕਰ ਪਾਊਗੀ ਬਿਲਕੁਲ ਕਰ ਪਾਏਗੀ ਕਿਉਂਕਿ ਆਮ ਆਦਮੀ ਪਾਰਟੀ ਇਹ ਦੇਖਦੀ ਹੈ ਕਿ ਪੋਸਟਾਂ ਖਾਲੀ ਪਈਆਂ ਵਰਕਰ ਜਿਹੜੇ ਲੱਗੇ ਹੋਏ ਨੇ ਕੱਚੇ ਵੀ ਲੱਗੇ ਹੋਏ ਨੇ ਉਹਨਾਂ ਨੂੰ ਬਿਲਕੁਲ ਐਕਸਪਲੋਇਟ ਕੀਤਾ ਜਾ ਰਿਹਾ ਉਹਨਾਂ ਨੇ ਕੀਤਾ ਉਹ ਐਕਸਪਲੋਇਟੇਸ਼ਨ ਖਤਮ ਕਰਨੀ ਹੈ ਉਹਨਾਂ ਨੇ ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਪਿਛਲੇ ਪੱਕੇ ਕਰਕੇ ਤੇ ਉਸ ਤੋਂ ਬਾਅਦ ਨੇ ਰੈਗੂਲਰ ਨੌਕਰੀਆਂ ਕਰਨੀਆਂ ਪੱਕਿਆਂ ਵਾਲਾ ਸਿਸਟਮ ਵੀ ਬੰਦ ਕਰ ਦੇਣਾ ਉਹਨਾਂ ਨੇ ਡਿਲੀਵਰੀ ਤੇ ਆਊਟਸੋਰਸਿੰਗ ਤੇ ਸਾਰੇ ਬੰਦ ਕਰ ਦੇਣੇ ਆ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਸਭ ਤੋਂ ਵੱਡੀ ਲੀਡ ਲੈ ਕੇ ਜਿੱਤੀ ਹੈ ਵੱਡੇ ਵੱਡੇ ਥੰਮ ਜਿਹੜੇ ਕੀ ਰਾਜਾ ਕਹਾਨ ਲੱਗੇ ਸੀ ਕਦੀ ਇੱਕ ਵਾਰ ਵੀ ਨਹੀਂ ਹਾਰੇ ਉਹ ਸਾਰੇ ਹਾਰ ਚੁੱਕੇ ਨੇ ਕਿਦਾਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਕੈਪਟਨ ਵਿਨੈਦਰ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਸਾਰੇ ਹਾਰ ਚੁੱਕੇ ਨੇ ਅਤੇ ਖਜ਼ਾਨਾ ਮੰਤਰੀ ਤੱਕ ਹਾਰ ਚੁੱਕਿਆ ਮਰਪੇ ਬਦਲ ਕਿਦਾਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਆਪ ਨੇ ਇੱਕਦਮ ਸਾਰੇ ਹਿਲਾ ਦਿੱਤੇ ਨੇ ਤੇ ਅੱਜ ਸਾਰੇ ਸ਼ਾਂਤ ਹੋ ਕੇ ਬੈਠੇ ਇਹ ਇਹ ਆਪ ਨੇ ਨਹੀਂ ਹਿਲਾਏ ਇਹ ਆਮ ਪਬਲਿਕ ਨੇ ਹਿਲਾਏ ਨੇ ਆਮ ਪਬਲਿਕ ਇੰਨੀ ਦੁਖੀ ਸੀ ਨਾ ਲੋਕਾਂ ਤੋਂ ਕਿ ਉਹਨਾਂ ਨੂੰ ਇਹ ਲੱਗਿਆ ਸੀ ਵੀ ਇਹ ਤਾਂ ਲੁੱਟ ਲੁੱਟ ਕੇ ਪੰਜਾਬ ਖਾ ਗਏ ਪੰਜਾਬ ਕਰਜ਼ੇ ਹੀ ਕਰਤਾ ਹਰ ਬੰਦੇ ਦੇ ਪੰਜਾਬੀ ਦੇ ਸਿਰ ਤੇ ਇੰਨਾ-ਇਨਾ ਕਰਜ਼ਾ ਚੜ ਗਿਆ ਉਹਨੂੰ ਦੂਰ ਕਰਨ ਲਈ ਇਹਨਾਂ ਨੇ ਸਾਰਿਆਂ ਨੇ ਇੱਕ ਮਤ ਹੋ ਕੇ ਇਹ ਬਦਲਾਅ ਦੀ ਨਾਜਨੀਤੀ ਕੀਤੀ ਹੈ ਔਰ ਸੁਖਵੀਰ ਵਰਗਾ ਬੰਦਾ ਜਿਸ ਨੇ ਆਪਣੇ 94 ਸਾਲ ਦੇ ਬਜ਼ੁਰਗ ਨੂੰ ਇਸ ਮੈਦਾਨ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਤੇ ਉਹਦੇ ਨਾਂ ਤੇ ਦਾਗ ਲਵਾਤਾ ਜਿਹੜਾ 1957 ਤੋਂ ਲਗਾਤਾਰ ਜਿੱਤਦਾ ਆ ਰਿਹਾ ਸੀ ਕਦੀ ਆ ਰਿਆ ਨਹੀਂ ਪੰਜ ਵਾਰ ਦਾ ਮੁੱਖ ਮੰਤਰੀ ਦੇ ਰਿਹਾ ਉਸ ਤੇ ਵੀ ਨਾਂ ਤੇ ਦਾਗ ਲਵਾ ਦਿੱਤਾ ਉਹਨੇ ਤੇ ਅਕਾਲੀ ਪਾਰਟੀ ਦੀ ਹਾਲਤ ਇਹ ਹੋ ਗਈ ਕਿ ਤਿੰਨ ਤਿੰਨ ਸੀਟਾਂ ਤੇ ਰਹਿ ਗਈ ਕਿਉਂਕਿ ਸਿੱਖ ਵੀ ਉਹਨਾਂ ਨੂੰ ਨਕਾਰ ਕੇ ਕਿ ਉਹਨੂੰ ਅਕਾਲੀ ਪਾਰਟੀ ਨੂੰ ਪੰਥ ਦੀ ਪਾਰਟੀ ਉਹਨਾਂ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਸਿੱਖ ਜਾਂਦੇ ਕਿ ਇਹਨਾਂ ਨੇ ਜਿੰਨਾ ਪੰਥ ਦਾ ਕਾਹਨ ਇਹਨਾਂ ਲੋਕਾਂ ਨੇ ਕੀਤਾ ਕਿਸੇ ਨੇ ਵੀ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਰੂਪ ਗਾਇਬ ਹੋਣੇ ਪਰ ਗਾੜੀ ਕਾਂਡ ਜਿਹੜੇ ਜਿਹੜੇ ਕਾਤਲ ਨੇ ਸਿੱਖਾਂ ਦੇ ਉਹਨਾਂ ਨੂੰ ਡੀਜੀਪੀ ਲਾ ਕੇ ਰੱਖਿਆ ਹੋਲ ਕੀਤਾ ਇਸ ਕਰਕੇ ਸਿੱਖੇ ਨਾ ਤੋਂ ਦੂਰ ਹੋ ਗਏ ਕਿਸਾਨੀ ਯੁੱਗ ਵੀ ਲੰਘ ਕੇ ਗਿਆ ਦੂਜੇ ਪਾਸੇ ਹੀ ਨਵੇਂ-ਨਵੇਂ ਮੁੱਦੇ ਅੱਗੇ ਆ ਰਹੇ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਲਈ ਆਮ ਲੋਕਾਂ ਦਾ ਇੰਨਾ ਵੱਡਾ ਹੱਥ ਹੈ ਕਿ ਇਸ ਵਾਰ ਲੱਗਦਾ ਹੈ ਕਿ ਆਮ ਪਬਲਿਕ ਦੀ ਸਰਕਾਰ ਬਣੀ ਹੈ ਕਿਉਂਕਿ ਇੰਨੀ ਵੱਡੀ ਲੀਡ ਜਿੱਤਣਾ ਹੀ ਇੱਕ ਮਾਇਨੇ ਰੱਖਦੀ ਹੈ ਪਰ ਦੂਜੇ ਪਾਸੇ ਹੀ ਦੇਖੀਏ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਉਹ ਕਿਦਾਂ ਕਵਰ ਹੋਏਗਾ ਜੀ ਪੂਰੇ ਇਸ ਤਰ੍ਹਾਂ ਕਿ ਇੱਕ ਤਾਂ ਖਜ਼ਾਨੇ ਤੇ ਜੜੀ ਚੋਰੀ ਹੋ ਰਹੀ ਹੈ ਜਿਵੇਂ ਰੇਤ ਮਾਫੀਆ ਸ਼ਰਾਬ ਮਾਫੀਆ ਇਹਨਾਂ ਤੇ ਨੱਥ ਪਾਈ ਜਾਏਗੀ ਨੱਥ ਪਾ ਕੇ ਜਿੰਨਾ ਵੀ ਉਹਦਾ ਟੈਕਸ ਹੈ ਸਰਕਾਰੀ ਖਜ਼ਾਨੇ ਚ ਵਧੇਗਾ ਕਲੈਕਟ ਕਰਨਾ ਇਸ ਤਰ੍ਹਾਂ ਇਹ ਮਤਲਬ ਨੱਥ ਪਾਈ ਜਾਸੀ ਹੈ ਰਿਸ਼ਵਤਖੋਰੀ ਪ੍ਰਿਸ਼ਕਾਚਾਰ ਇਹ ਸਾਰੇ ਤੇ ਨੱਥ ਪਾ ਕੇ ਤਾਂ ਹੀ ਇਹ ਗੱਲ ਬਣੇਗੀ ਮਾਫੀਆ ਦੀ ਗੱਲਬਾਤ ਕਰੀਏ ਮਾਫੀਆ ਪਿਛਲੇ ਇੰਨੇ ਲੰਬੇ ਸਾਲਾਂ ਤੋਂ ਚੱਲ ਰਿਹਾ ਹੈ ਪਰ ਦੂਜੇ ਪਾਸੇ ਹੀ ਜਦੋਂ ਚੰਨੀ ਸਰਕਾਰ ਆਈ ਸੀ ਉਹਨਾਂ ਨੇ ਕਹਿੰਦੇ ਕਿ ਅਸੀਂ ਰੇਤਾ ਸਸਤਾ ਕਰਤਾ ਅਸੀਂ ਬਿਜਲੀ ਮੁਫਤ ਕਰਤੀ ਪਰ ਫੇਰ ਵੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਕਿ ਉਹ ਕੰਮ ਕਰ ਪਾਉਗੀ ਜੋ ਮੈਂ 111 ਦਿਨਾਂ ਚ ਕਰਤਾ ਜਿੰਤੋਂ ਤੱਕ ਚੰਨੀ ਦਾ ਸਬੰਧ ਆ ਉਹ ਤਾਂ ਅਜ ਕੈਪਟਨ ਮਨਿੰਦਰ ਸਿੰਘ ਦੇ ਬਿਆਨ ਤੋਂ ਹੀ ਪਤਾ ਲੱਗ ਰਿਹਾ ਵੀ ਇੱਕ ਪਿਸ਼ਟ ਬੰਦਾ ਸੀ ਉਹਦੇ ਨਾਂ ਤੇ ਆਪਣੇ ਚਾਜੇ ਪਿੱਛੇ ਛਾਪੇ ਪਏ ਆ ਉਹਦਾ ਆਪਣਾ ਹੀ ਭਣਜਾ ਫੜਿਆ ਗਿਆ 10 ਕਰੋੜ ਦਾ ਉਹਦੇ ਘਰੋਂ ਮਿਲਣਾ ਕੈਸ਼ ਰੇਤ ਜਿਹੜਾ ਮਾਫੀਆ ਉਹਨੇ ਨਾਂ ਦੇ ਕਾਗਜ਼ਾਂ 'ਚ ਕੀਤਾ ਸੀ 5 5.5 ਦੇ ਬਾਜ਼ਾਰ ਅੱਜ ਵੀ 32 35 ਰੁਪਏ ਤੋਂ ਘੱਟ ਨਹੀਂ ਮਿਲਦੀ ਫੁੱਟਾ ਉਹ ਮਰਜ਼ੀ ਕਰੀਆ ਇਸ ਕਰਕੇ ਚੰਨੀ ਦਾ ਤਾਂ ਕੋਈ ਇਸ ਤੇ ਇਫੈਕਟ ਨਹੀਂ ਸੀ ਲੋਕਾਂ ਨੂੰ ਅਸਲੀਅਤ ਪਤਾ ਲੱਗੀ ਸੀ ਵੀ ਇਹ ਸਭ ਡਰਾਮੇ ਨੇ ਲੁੱਟਣ ਵਾਲਾ ਸਿਸਟਮ ਚੱਲ ਰਿਹਾ ਤੇ ਮੇਰਾ ਆਖਰੀ ਸਵਾਲ ਆਮ ਆਦਮੀ ਪਾਰਟੀ ਅਜੇ ਹਾ ਕੀ ਕਰੇਗੀ ਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਕਿ ਲੋਕ ਖੁਸ਼ ਹੋਣ ਕਿ ਅਸੀਂ 5 ਸਾਲ ਚੁਣ ਕੇ ਇਹਨਾਂ ਨੂੰ ਬਹੁਤ ਵਧੀਆ ਕੀਤਾ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਤੇ ਕਰ ਰਹੀ ਹੈ ਕਿ ਇਹਨਾਂ ਨੇ ਆੰਦੇ ਸਾਰੀ ਹੁਣ ਸਭ ਤੋਂ ਪਹਿਲਾਂ ਇਹਨਾਂ ਨੇ ਬਿਜਲੀ ਪਾਣੀ ਜਿਹੜਾ ਫਰੀ ਕਰਦਾ ਜੋ ਦਿੱਲੀ ਚ ਹੈ ਉਸ ਤੋਂ ਬਾਅਦ ਮੈਡੀਕਲ ਸਹੂਲਤਾਂ ਦਾ ਜਿਵੇਂ ਦਿੱਲੀ ਚ ਮੱਲਾ ਕਲੀਨਿਕ ਨੇ ਇੱਥੇ ਵੀ ਮੱਲਾ ਕਲੀਨਿਕ ਪਿੰਡ ਕਲੀਨਿਕ ਖੁੱਲਣਗੇ ਪਿੰਡ ਕਲੀਨਿਕ ਤੋਂ ਬਾਅਦ ਇੱਥੇ ਲੋਕਾਂ ਦਾ ਇਲਾਜ ਫਰੀ ਹੋਏਗਾ ਭਾਵੇਂ ਸਰਕਾਰੀ ਹੈ ਭਾਵੇਂ 10 ਲੱਖ ਦਾ ਹੋਵੇ ਭਾਵੇਂ 15 ਲੱਖ ਦਾ ਆਪਰੇਸ਼ਨ ਵੀ ਫਰੀ ਹੋਣਗੇ ਦਵਾਈਆਂ ਵੀ ਫਰੀ ਮਿਲਣਗੇ ਹਰ ਤਾਲ ਜੋ ਕਿ ਪਬਲਿਕ ਦੀ ਆਮ ਲੋੜਾਂ ਮੁਢਲੀਆਂ ਸਹੂਲਤਾਂ ਨੇ ਤੁਸੀਂ ਸੁਣੀ ਲੈ ਆਮ ਆਦਮੀ ਪਾਰਟੀ ਇੰਨੀ ਇੱਕ ਸਹੂਲਤਾਂ ਦੇ ਦੇਗੀ ਕਿ ਲੋਕ ਸਹੀ ਸੋਚਣਗੇ ਕਿ ਕੀ ਕਹਿਣਾ ਬਾਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਵੱਲੋਂ ਆਪਣਾ ਸੀਐਮ ਦਾ ਅਹੁਦਾ ਸਾਂਭਿਆ ਜਾਏਗਾ ਅਤੇ ਮਿੰਦਰ ਮੋਹਨ ਸਿੰਘ ਜੀ ਦਾ ਕੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਚੁਣ ਕੇ ਲੋਕਾਂ ਨੇ ਬਿਲਕੁਲ ਸਹੀ ਫੈਸਲਾ ਲਿੱਤਾ ਹੈ ਬਾਕੀ ਆਪਣੀ رائے ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਕਿ ਆਪਣੀ ਆਮ ਆਦਮੀ ਪਾਰਟੀ ਨੂੰ ਚਾਹਿਆ ਤੇ ਕਿਹੜੇ ਮੁੱਦੇ ਦੇ ਲਈ ਚਾਹਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਦੋ ਇਜਾਜ਼ਤ ਮੈਂ ਤੁਹਾਡਾ ਆਪਣਾ ਸੀਦੇ ਸਿੰਘ ਤੁਸੀਂ ਵੇਖਦੇ ਰਹੋ ਪੰਜਾਬ ਟੀਵੀ